ਬੜਾ ਸਿੱਖ ਸੰਗਤ ਗੁਰਦੁਆਰਾ ਦੇ ਕਮਰੇ ਦੀ ਖਿੜਕੀ ਹੈ ਜਿਸ ਵਿੱਚ ਅਸੀਂ ਠਹਿਰੇ ਹੋਏ ਹਾਂ ਅਤੇ ਇਹ ਐੱਮ ਜੀ ਰੋਡ ਹੈ ਕਿਆ ਹੈ ਐੱਮ ਜੀ ਰੋਡ 'ਤੇ ਟ੍ਰੈਫਿਕ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਵੀ ਚੱਲ ਨਹੀਂ ਰਿਹਾ ਟ੍ਰੈਫਿਕ ਸਰਕ ਰਿਹਾ ਲਗਾਤਾਰ ਇੱਥੇ ਇਹ ਚੀਂ 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 ਦੀਆਂ ਆਵਾਜ਼ਾਂ ਜਿਹੜੀਆਂ ਹੈਗੀਆਂ ਇਹ ਸਾਰੀ ਰਾਤ ਨੂੰ ਕਾਫੀ ਲੇਟ ਤੱਕ ਚੱਲਦੀਆਂ ਰਹਿੰਦੀਆਂ ਜਦੋਂ ਤੱਕ ਕਿ ਤੁਹਾਡੀ ਨੀਂਦ ਓਵਰ ਪਾਵਰ ਨਾ ਹੋ ਜਾਏ ਤੁਹਾਡੇ 'ਤੇ ਅਤੇ ਜਿਹੜੇ ਲੋਕ ਇੱਥੇ ਰਹਿੰਦੇ ਆ ਉਹ ਕਿੰਨੀ ਨੋਇਜ਼ ਪੋਲਿਊਸ਼ਨ ਦਾ ਸ਼ਿਕਾਰ ਹੋਣਗੇ ਆ ਬਾਕੀ ਘਰ ਹੈ ਆਸੇ ਪਾਸੇ ਵੀ ਇੱਧਰ ਤੱਕ ਆਹ ਵੀ ਚੱਲ ਐੱਮ ਜੀ ਰੋਡ ਦਾ ਟ੍ਰੈਫਿਕ ਇੱਧਰਲੇ ਪਾਸੇ ਦੇ ਘਰ ਹੈ ਦੁਕਾਨ ਹੈ ਬਾਜ਼ਾਰ ਹੈ ਬੱਸ ਸੈਂਟਰ ਵੀ ਬਹੁਤ ਲੰਬੀ ਸਾਰੀ ਹੈ ਪੈਦਲ ਲੋਕ ਇਵੇਂ ਹੀ ਵਿੱਚੋਂ ਦੀ ਕਾਰਾਂ ਹਫ਼ਤੇ ਦੇ ਵਿੱਚ ਉੱਚੋਂ ਦੀ ਲੰਘ ਜਾਂਦੇ ਆ ਕਿਤੇ ਕੋਈ ਸਿਗਨਲ ਨਹੀਂ ਕੋਈ ਟ੍ਰੈਫਿਕ ਨਹੀਂ ਸਭ ਆਪਣੇ ਹਿਸਾਬ ਨਾਲ ਹੀ ਮੈਨੇਜ ਕਰਦੇ ਇਸ ਨੂੰ ਆਹ ਦੇਖੋ ਪੈਦਲ ਕਿਵੇਂ ਟੱਪ ਰਹੇ ਵਿੱਚੋਂ ਦੀ ਅਲੱਗ ਅਲੱਗ ਥਾਵਾਂ 'ਤੇ ਜਿੱਥੇ ਥੋੜ੍ਹੀ ਜਿਹੀ ਸਪੇਸ ਬਣਦੀ ਹੈ ਉੱਥੇ ਪੈਦਲ ਲੋਕ ਸੜਕ ਪਾਰ ਕਰ ਲੈਂਦੇ ਆ ਸੋ ਇੰਜੋਏ ਕਲਕੱਤਾ ਟ੍ਰੈਫਿਕ ਔਨ ਐੱਮ ਜੀ ਰੋਡ ਐਟ ਫੇਸ ਵਿੱਚ